मेरा रिकॉर्ड नहीं कर गया। मक्के से चमकने वाल मेरे बनड़े दे, आवे बना Speak up, Janu. No, right, look, man, bolo, kush, bolo, bolo, alia, bolo. Dosto, ki kanta, mujhe bahut pyar ho gaya tha Lena, bahut zyada pyar. Main ki karun isse? Mujhe itna pyar ho gaya. ਬਹੁਤ ਵਾਰੀ ਲੋਕਾਂ ਨੂੰ ਦੇ ਕਰਦਾ ਹੈ, ਕੁਛ ਬੋਲਣ ਲਈ ਵੀ ਨਹੀਂ ਹੁੰਦਾ, ਤੇ ਫਿਰ ਵੀ ਮੈਂ ਬੋਲਦੀ ਰਹੀ ਹਾਂ ਕਿ ਤੁਹਾਡੇ ਨਾਲ ਪਿਆਰ ਰੱਖਣ ਲਈ। ਦੋਸਤੋ ਮੈਂ ਸੱਚੀ ਕਹਿਣ ਲਈ ਹਾਂ, ਬਹੁਤ ਵਾਰੀ ਹੀ ਜ਼ਿਆਦਾ ਚੁੱਪ ਹੋ ਗਿਆ ਸ਼ਾਂਤ, ਪਰ ਮੈਂ ਜੇ ਚੁੱਪ ਹੋ ਗਈ ਕਦੀ ਫਿਰ ਹੀ ਸੁਣੂੰਗੀ। ਮੈਂ ਜਾਣੂ, ਇੱਧਰ ਆਓ, ਮੂੰਹ ਕਰੋ ਅੱਗੇ, ਮੂੰਹ ਕਰੋ ਅੱਗੇ, ਮੂੰਹ ਕਰੋ ਬੇਟਾ, ਫਿਰ ਲਿਖੋ ਗਮ ਗਮ ਛੇ ਗਮ 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 ਗਰਮ ਗਰਮ ਗੁਲਾਬ ਜਾਮੂ, ਗਰਮ ਗਰਮ ਗੁਲਾਬ ਜਾਮੂ ਜਾਨੂੰ ਆਪਣੇ ਹੈਗੇ ਹੋਏ ਤੇ ਮੈਂ ਫਿਰ ਆਪਣੇ ਵੱਲ ਕੈਮਰਾ ਕਰ ਲੈਂਦੀ ਆ। ਅਸੀਂ ਦੋਨੋਂ ਨੇ ਅੱਜ ਗ੍ਰੀਨ ਪਾਇਆ ਹੋਇਆ, ਕੱਲ੍ਹ ਜਾਂ ਲਾਲ ਪਾਉਣਗੇ। ਅੱਜ ਐਨੀਵਰਸਰੀ ਆ, ਅੱਜ ਐਨੀਵਰਸਰੀ ਦੇ ਮੋਡ ਵਿੱਚ ਰਹਾਂਗੇ ਅਤੇ ਹੁਣ 12 ਵਜੇ ਤੋਂ ਬਾਅਦ ਖਤਮ ਹੋ ਗਏ ਕੰਮ, ਫਿਰ ਜ਼ਿੰਦਗੀ ਨਾਲ ਮਿਲ। ਹਾਂਜੀ ਜਾਨੀ, ਹਾਂ ਦੋਸਤੋ, ਮੈਂ ਹੁਣੇ ਕਮੈਂਟ ਦੇਖ ਰਿਹਾ ਸੀ ਨਿਊ ਜਰਸੀ ਵੱਲੋਂ, ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਵੀ ਟਰੱਕ ਭਰ ਕੇ ਪਿਆਰ ਹੈ, ਕਿੰਨਾ ਪ੍ਰਾਊਡ ਹੁੰਦਾ ਭੁੱਲਰ ਨੇ। ਭੁੱਲਰ ਅਤੇ ਇੱਕ ਥਾਂ ਤੋਂ ਆਇਆ ਕਿ ਪਲੇਨ ਭਰ ਕੇ ਮਾਈ ਗਾਡ, ਅਸਮਾਨ ਜ਼ਮੀਨ ਸਾਰਾ ਪਿਆਰ ਤੁਹਾਡੇ ਲਈ, ਮਤਲਬ ਕਿ ਇਹੀ ਪਿਆਰ ਦੀ ਮੈਂ ਤਲਾਸ਼ ਹੋਈ ਸੀ ਜਿਹੜਾ ਮਿਲ ਗਿਆ।
ਬਿਨਾਂ ਕੁਛ ਲੈ ਜੇ ਤਾਂ ਮੈਂ ਚੁੱਪ ਕਰਨਾ ਚਾਹੁੰਦੀ ਹਾਂ ਪਰ ਮੈਂ ਚੁੱਪ ਕਿਵੇਂ ਹੋਣਾ ਇਹਨਾਂ ਪਿਆਰਿਆਂ ਨਾਲ ਜਾਨੂੰ ਖਾਓ ਗੁਲਾਬ ਜਾਮੁਨ ਬਹੁਤ ਸਾਰਾ ਪਿਆਰ ਆਇਆ ਨਾ ਜਾਨੂੰ ਬਹੁਤ ਖੁਸ਼ ਹੋ ਜਾਣਾ ਤੁਸੀਂ ਥੈਂਕ ਯੂ ਉਹਨਾਂ ਨੂੰ ਕਹਿਣ ਡੇ ਜਿਹੜੇ ਸਾਨੂੰ ਚਾਹ ਦੇਣ ਆਏ ਚਾਹ ਲੈ ਗਈ ਉਹਨਾਂ ਦੀ ਜਾਨੂੰ ਗੁਲਾਬ ਜਾਮੁਨ ਲਓ ਮੈਂ ਦੇਵਾਂ ਬਹੁਤ ਸਵਾਦ ਗੁਲਾਬ ਜਾਮੁਨ ਉਹਨਾਂ ਨੇ ਦਿੱਤੀ ਸ਼ੂਗਰ ਨਾਲ ਵੀ ਲੈ ਲੈਂਦੇ ਫਿਰ ਅੱਜ ਦੀ ਰਾਤ ਕੈਂਡਲ ਨਾਈਟ ਮੈਨੂੰ ਇੱਦਾਂ ਲੱਗਾ ਕਿ ਮੈਂ ਕਿਸ ਜਗ੍ਹਾ 'ਤੇ ਬੈਠੀ ਅਤੇ ਇੱਦਾਂ ਕੀਤਾ ਕੈਂਡਲ ਅੱਜ ਦੀ ਰਾਤ ਜਾਨੂ ਦੇ ਨਾਲ ਕੈਂਡਲ ਨਾਈਟ ਜਾਨੀ ਕਹਿੰਦੇ ਕਿ ਮੈਂ ਨਾ ਡਿਜ਼ਰਟ ਹੀ ਖਾਣਾ ਤੂੰ ਹੀ ਮਿੱਠਾ ਖਾਂਦੀ ਮੈਂ ਨਹੀਂ ਖਾਣਾ ਮੈਂ ਮਿੱਠਾ ਆਰਡਰ ਕਰਨੀ ਆ ਜਾਨੂ ਨੇ ਚਿਕਨ ਕਰ ਲਿਆ ਇਹ ਮੈਂ ਲੱਗਾ ਹੀ ਕਹਿਣ ਹਾਂ ਵੀ ਅੱਜ ਜਾਨੂ ਨੇ ਮਿੱਠਾ ਵੀ ਮੰਗਾਇਆ ਤੇ ਮੈਂ ਅੱਜ ਨਾ ਨਹੀਂ ਕੀਤੀ ਮੈਂ ਨਹੀਂ ਖਾ ਲਿਆ ਇਹੀ ਲੱਗਾ ਹੀ ਕਹਿਣ ਤੁਸੀਂ ਉਹਦਾ ਪਹਿਲਾਂ ਦੇ ਦਿੱਤਾ ਮੈਂ ਪਹਿਲਾਂ ਹੀ ਦੱਸ ਦਿੱਤਾ ਦੋਸਤੋ ਬਹੁਤ ਸਾਰਾ ਪਿਆਰ ਤੁਹਾਨੂੰ ਬਹੁਤ ਸਾਰਾ ਸਤਿਕਾਰ ਬੱਚਿਆਂ ਨੂੰ ਪਿਆਰ ਜਿਹੜੇ ਵਿਆਹੇ ਨੇ ਉਹਨਾਂ ਦਾ ਵਿਆਹਤਾ ਜੀਵਨ ਹਮੇਸ਼ਾ ਸਫਲ ਰਹੇ ਖੁਸ਼ੀਆਂ ਭਰਿਆ ਹੋਵੇ ਗਮ ਨਾ ਹੋਵੇ ਪਰ ਜਿਹੜੀਆਂ ਛੋਟੇ ਮੋਟੀਆਂ ਲੜਾਈਆਂ ਹੁੰਦੀਆਂ ਉਹ ਸਾਡੇ ਕੋਲ ਵੀ ਹੁੰਦੀਆਂ ਅਤੇ ਤੁਹਾਡੇ ਕੋਲ ਵੀ ਹੋਣ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਫਿਕਰ ਨਹੀਂ ਕਰਨਾ ਮੈਂ ਨਾ ਦੋਸਤੋ ਕਰਨ ਲੱਗੀ ਹਾਂ ਉਹਨੂੰ ਠੀਕ ਤੋਂ ਡਿੱਗ ਗਿਆ ਬੰਦੇ ਸੋ ਗਏ ਫਿਰ ਮੈਂ ਜੁੰਮ ਲਿਆ ਹੈ ਨਾ ਕੋਈ ਜੀ ਡਿੱਗੀ ਤਾਂ ਨਹੀਂ ਗੱਲ ਫਿਰ ਨਹੀਂ ਡਿੱਗੀ ਕੋਈ ਹੈ ਨਾ ਡਿੱਗ ਗਿਆ ਹੀ ਮੈਂ ਕਿਹਾ ਮੈਂ ਡਿੱਗ ਗਿਆ ਇਸ ਤਾਂ ਜ਼ਿੰਦਗੀ ਆ ਹੈ ਨਾ ਐਕਸੀਡੈਂਟ ਕਿਸੇ ਟਾਈਮ ਵੀ ਹੋ ਸਕਦਾ ਐਕਸੀਡੈਂਟ ਇੱਦਾਂ ਕਿ ਮੈਂ ਤਾਂ ਜਾਨੂ ਬੈਠਣਾ ਜਾਂ ਤੁਹਾਡੀ ਫੋਟੋ ਨਹੀਂ ਆ ਰਹੀ ਅਤੇ ਮੈਂ ਤਾਂ ਜਾਨੂ ਲੜ ਸਕਦੇ ਹਾਂ ਅਤੇ ਉਹ ਹੋ ਗਿਆ ਐਕਸੀਡੈਂਟ ਇਕਦਮ ਅਸੀਂ ਹੁਣੇ ਪਿਆਰ ਦੇ ਵਿੱਚ ਗੁਬਾਰੇ ਨਾਲ ਹੋਏ ਹੋਏ ਹਾਂ ਅਤੇ ਨੈਕਸਟ ਮੂਮੈਂਟ ਅਸੀਂ ਬਹਿ ਗਏ ਹੁਣੇ ਉਹ ਮੇਰਾ ਖੂਨ ਦਿਓ ਡਿੱਗਾ ਕਿ ਪਤਾ ਥੋੜ੍ਹਾ ਹੀ ਇੱਦਾਂ ਹੋ ਜਾਣਾ ਖੂਨ ਦੇ ਗਿਆ ਮੈਂ ਇਹ ਗੱਲ ਦੱਸਣ ਲੱਗੀ ਹਾਂ ਆਪਣੇ ਦੋਸਤਾਂ ਲਈ ਕਿ ਦੋਸਤੋ ਜਿਵੇਂ ਵਿਆਹਤਾ ਜੀਵਨ ਹੁੰਦਾ ਇਹਦੇ ਵਿੱਚ ਇਹ ਨਹੀਂ ਆ ਕਿ ਪਰਫੈਕਟ ਜੀਵਨ ਹੁੰਦਾ ਤੁਸੀਂ ਆਪਣੇ ਮਾਂ ਬਾਪ ਦੇ ਘਰ ਰਹਿੰਦੇ ਹੋ ਅਤੇ ਮਾਂ ਦੇ ਨਾਲ ਵੀ ਲੜਾਈ ਹੁੰਦੀ ਹੈ ਬਾਪ ਨਾਲ ਵੀ ਹੁੰਦੀ ਆ ਭੈਣ ਭਰਾ ਨਾਲ ਵੀ ਹੁੰਦੀ ਆ ਵਿਆਹਤਾ ਜੀਵਨ 'ਚ ਵੀ ਹੈ ਨਾ ਆਦਮੀ ਨਾਲ ਵੀ ਹੁੰਦੀ ਆ ਆਦਮੀ ਦੀ ਔਰਤ ਨਾਲ ਹੁੰਦੀ ਆ ਪਰ ਇਹ ਨਹੀਂ ਆ ਕਿ ਬਹੁਤ ਵੱਡੇ ਵੱਡੇ ਵਿਤਕਰੇ ਪਾ ਕੇ ਅਤੇ ਗੈਪ ਕਰ ਲਓ ਅਤੇ ਮੈਂ ਚਾਹੁੰਦੀ ਤੁਹਾਡੀ ਮਾਸਾ ਵੀ ਨਾਲ ਲੜਾਈ ਹੋਵੇ ਸਾਰੇ ਵਿਆਹੇ ਜੋੜੇ ਬਹੁਤ ਸੁਖੀ ਰਹਿਣ ਅੱਜ ਦੀ ਦਿਨ ਮੈਂ ਐਨੀਵਰਸਰੀ 'ਤੇ ਤੁਹਾਨੂੰ ਕਹਿਣ ਡਈ ਹਾਂ ਅਤੇ ਜਿੰਨਾਂ ਕੋਲ ਬੱਚੇ ਨੇ ਉਹਨਾਂ ਦੇ ਬੱਚੇ ਬਹੁਤ ਬੁਲੰਦੀਆਂ ਨੂੰ ਛੂਹਣ ਅਤੇ ਉਹਨਾਂ ਦੇ ਨਾਂ ਰੋਸ਼ਨ ਕਰਨ ਸੋਚ ਆਪਣੀ ਇੰਨੀ ਪੋਜ਼ਿਟਿਵ ਰੱਖੋ ਕਿ ਉਹਦੇ ਬਾਰੇ ਗਲਤ ਨਾ ਸੋਚੋ ਇਹ ਆਪਾਂ ਸਮਾਜ ਨੂੰ ਮਤਲਬ ਇਹ ਬੋਰਡ ਕੱਢਣਾ ਕਿ ਮਤਲਬ ਸਮਾਜ ਸਾਡਾ ਦੁਨੀਆਂ ਨਜ਼ਰਾਂ ਨਾਲ ਨਾ ਦੇਖੋ ਹਰ ਇੱਕ ਨੂੰ ਇੱਕੋ ਨਜ਼ਰ ਨਾਲ ਦੇਖੋ ਕਿਉਂਕਿ ਉਹਦੇ ਵਿੱਚ ਵੀ ਪਰਮਾਤਮਾ ਦੇ ਅੰਸ਼ ਆ ਉਹੀ ਦਿਲ ਆ ਉਹੀ ਸਰੀਰ ਆ ਸਾਰਾ ਕੁਛ ਮਜ਼ਾਕ ਉਡਾਉਣਾ ਇਸ ਚੀਜ਼ ਦਾ ਉਡਾਓ ਹੋ ਇਹ ਬੰਦੇ ਨੂੰ ਬੁੱਢੀ ਨੂੰ ਇੰਗਲਿਸ਼ ਨਹੀਂ ਆਉਂਦੀ ਹਾਂ ਇਹ ਬੰਦੇ ਬੁੱਢੀ ਨੂੰ ਪੰਜਾਬੀ ਨਹੀਂ ਆਉਂਦੀ
ਮਜ਼ਾਕ ਉਸ ਚੀਜ਼ ਦਾ ਇਨਸਾਨ ਦਾ ਨਾ ਅਡਾਓ ਹੋ ਇਸ ਬੰਦੇ ਦੀ ਜਨਾਨੀ ਦੀ ਸ਼ਕਲ ਖੇਡਾਂ ਦੀ ਅਗਲੀ ਆ ਕਿਉਂਕਿ ਰੱਬ ਦੀ ਆ ਰੱਬ ਦੀ ਆ ਫਿਰ ਬੱਚੇ ਜਿਹਨਾਂ ਕੋਲ ਹੈਗੇ ਆ ਉਹ ਦੂਸਰੇ ਦਾ ਮਜ਼ਾਕ ਇਹ ਨਾ ਡਾਓ ਹੋ ਇਹਨੇ ਤਾਂ ਦੋ ਕਰ ਲਏ ਵਿਆਹ ਅਤੇ ਬੱਚਾ ਜੀ ਨਹੀਂ ਹੋਇਆ ਬੱਚਾ ਨਹੀਂ ਹੋਣਾ ਹੈ ਨਾ ਸਾਨੂੰ ਇਹ ਨਹੀਂ ਗਲਤ ਗੱਲ ਕਿਉਂ ਕਿ ਤੁਸੀਂ ਇਹ ਸੋਚੋ ਕਿ ਤੁਹਾਡੇ ਕੋਲ ਵੀ ਬੱਚੇ ਹੋਏ ਆ ਨਾ ਅਤੇ ਤੁਹਾਡਾ ਵੀ ਕੁਛ ਐਡਾ ਵੱਡਾ ਲੈਣ ਦੇਣ ਨਹੀਂ ਹੋਇਆ ਉੱਦਾਂ ਹੀ ਕੁਦਰਤ ਨੇ ਗਿਫਟ ਦਿੱਤਾ ਹੈਗਾ ਤੁਸੀਂ ਗਿਫਟ ਨੂੰ ਪੂਰੀ ਤਰ੍ਹਾਂ ਸੰਭਾਲ ਕੇ ਉਹਨੂੰ ਵੱਡੇ ਕਰੋ ਹੈ ਨਾ ਉਹਨਾਂ ਨੂੰ ਦਰਖਤ ਵੱਡੇ ਵੱਡੇ ਬਣਾਓ ਅਤੇ ਉਹ ਛਾਵਾਂ ਦੇ ਸਕਣ ਅਤੇ ਇੱਦਾਂ ਛਾਂ ਨਹੀਂ ਦੇਣਗੇ ਉਹ ਬੱਚੇ ਤੁਹਾਡੇ ਵਾਲੇ ਜੇ ਤੁਸੀਂ ਜਿਹਨਾਂ ਕੋਲ ਰੱਬ ਨੇ ਕੀਤਾ ਕਿ ਸਿਰ ਦੇ ਉੱਤੇ ਹੱਥ ਰੱਖਿਆ ਹੋਵੇ ਉਸ ਇਨਸਾਨ ਦੇ ਹੈ ਨਾ ਅਤੇ ਉਹਦੀ ਜ਼ਿੰਦਗੀ 'ਚ ਪਤਾ ਨਹੀਂ ਕੀ ਹੋਣਾ ਸੀ ਬੱਚੇ ਹੋਣ ਤੋਂ ਬਾਅਦ ਹੈ ਨਾ ਅਤੇ ਉਹਨੇ ਰੱਬ ਦੀ ਰਜ਼ਾ ਵਿੱਚ ਰਹਿਣਾ ਸਿੱਖਣਾ ਪੈਂਦਾ ਪਰ ਜਿਹਨਾਂ ਨੂੰ ਹੋਏ ਆ ਪ੍ਰਾਊਡ ਵਿੱਚ ਨਹੀਂ ਲਓ ਮਜ਼ਾਕ ਕਰੋ ਛੋਟੇ ਮੋਟੇ ਮਜ਼ਾਕ ਕਰੋ ਕਿ ਇਹਦੀ ਸ਼ਕਲ 'ਤੇ ਕਰੋ ਕਿ ਇਹਦੀ ਅਕਲ 'ਤੇ ਕਰੋ ਪਰ ਕੁਦਰਤ ਦੀ ਚੀਜ਼ 'ਤੇ ਕਦੀ ਮਜ਼ਾਕ ਨਾ ਕਰੋ ਹੈ ਨਾ ਕਿਉਂਕਿ ਜਿਹਨੂੰ ਵੀ ਮਜ਼ਾਕ ਕਰਦੇ ਜੇ ਪਤਾ ਨਹੀਂ ਲੱਗਦਾ ਕਿ ਉਹ ਇਨਸਾਨ ਕਿੰਨਾ ਦਰਦ ਨਾ ਕਰਾ ਉੱਠੇ ਅਤੇ ਤੁਹਾਨੂੰ ਕੁਛ ਬੋਲ ਦੇਵੇ ਹੈ ਨਾ ਕਈ ਵਾਰੀ ਕੁਦਰਤ ਦੀ ਮਾਰ ਸਹਿਣੀ ਬੜੀ ਔਖੀ ਹੋ ਜਾਂਦੀ ਹਾਂ ਇਹ ਗਲਤ ਫਹਿਮੀ 'ਚ ਨਾ ਰਹਿਣ ਲੋਕ ਕਿਉਂਕਿ ਤੁਹਾਡਾ ਕੁਛ ਵੀ ਨਹੀਂ ਤੁਸੀਂ ਕਿਤੇ ਟਰਾਈ ਤਾਂ ਕਰਕੇ ਵੇਖੋ ਇਹ ਚੀਜ਼ਾਂ ਕਿਤੇ ਆਪਣੇ ਹੱਥ 'ਚ ਹੈਗੀਆਂ ਨੇ ਹੈ ਨਾ ਹੁਣ ਕਈ ਲੋਕ ਇੰਨੀ ਮਿਹਨਤ ਕਰਦੇ ਆ ਅਤੇ ਉਹ ਪਾਵਰਟੀ ਲਾਈਨ ਤੋਂ ਵੀ ਥੱਲੇ ਰਹਿਣ ਲੱਗਦੇ ਆ ਹੈ ਨਾ ਪੱਠੇ ਵਾਲਾ ਇਨਸਾਨ ਚਾਹ ਪੀ ਰਿਹਾ ਮੈਨੂੰ ਤਾਂ ਇਹ ਵੀ ਉਹਦਾ ਸ਼ੁਕਰ ਆ ਜੇ ਮੇਰੇ ਨਸੀਬ 'ਚ ਹੈਗੀ ਤਾਂ ਮੈਂ ਪੀ ਸਕਦਾ ਨਹੀਂ ਡੁੱਲ ਜਾਊਗੀ ਇੱਕ ਮਿੰਟ ਵਿੱਚ ਇਹ ਡੁੱਲ ਜਾਣੀ ਜਾਂ ਮਦਨ ਦੇ ਪੀ ਨਹੀਂ ਹਾਂ ਇੰਨਾ ਕੁ ਡਰ ਪਿਆ ਹੋਣਾ ਚਾਹੀਦਾ ਦੂਸਰਾ ਜਾਣੂ ਹੁਣ ਇਹ ਵਾ ਕਿ ਜਿਹੜਾ ਭੱਠੇ ਦੇ ਵਿੱਚ ਇੱਟਾਂ ਬਣਾਉਣ ਡਿਆ ਵਾ ਉਹ ਕਿੰਨੀ ਮਿਹਨਤ ਕਰਦੇ ਆ ਹੈ ਨਾ ਅਤੇ ਕਈ ਵਿਚਾਰੇ ਨੂੰ ਇੱਕ ਟਾਈਮ ਦਾ ਰੋਟੀ ਵਾਹਾਂ ਨਸੀਬ ਹੁੰਦੀ ਆ ਕਿ ਨਹੀਂ ਇਹ ਚੀਜ਼ਾਂ ਹੱਸਣ ਵਾਲੀਆਂ ਨਹੀਂ ਹੈਗੀਆਂ ਇਹ ਚੀਜ਼ਾਂ ਨੂੰ ਮਤਲਬ ਕਿ ਦਰਦ ਵੰਡਣ ਵਾਲਾ ਹੁੰਦਾ ਜਿਹੜੀ ਕੁਦਰਤੀ ਚੀਜ਼ ਹੈ ਨਾ ਜੇ ਤੁਹਾਡੇ ਕੋਲ ਬੱਚੇ ਹੋਏ ਤਾਂ ਤੁਸੀਂ ਤੁਹਾਡਾ ਮਾਸਾ ਵੀ ਨਹੀਂ ਦੇਣਾ ਇਹ ਤਾਂ ਮੈਂ ਤਾਂ ਜਿਸ ਵਾਲ ਗੱਲ ਕਰਦੇ ਰਹੀ ਨਹੀਂ ਵਡਾ ਸਕਦੇ ਤਾਂ ਮਜ਼ਾਕ ਵੀ ਨਹੀਂ ਕਰਦੇ ਹਾਂ ਆਪਣੇ ਅੰਦਰ ਦੀ ਆਵਾਜ਼ ਤੋਂ ਪੁੱਛਿਆ ਸਾਡੇ ਵਿੱਚ ਹੀ ਆ ਚਲੋ ਅੱਜ ਦੀ ਸ਼ਾਮ ਬੰਦ ਕਰਦੇ ਹਾਂ ਗੁਲਾਬ ਜਾਮੁਨ ਦੇ ਨਾਲ ਮਿੱਠੀ ਮਠਿਆਸ ਦੇ ਨਾਲ ਖਾਣਾ ਜਾਣੂ ਤੁਸੀਂ ਲੈਣਾ ਹੋਣਾ ਤੇ ਮੈਂ ਖਾਓ ਤੁਸੀਂ ਮਿੱਠਾ ਲੱਗ ਜੂ ਦੋਸਤੋ ਇਹੋ ਹੀ ਗੱਲ ਕਰਨੀ ਆ ਮੈਂ ਨਹੀਂ ਕਰਦੀ ਕਿਸੇ ਨੂੰ ਵੀ ਸ਼ਾਇਦ ਜਿਹਨੂੰ ਮੈਂ ਇਸ ਲਫਜ਼ ਬਾਰੇ ਕੀ ਕਹਾਂ ਪਰ ਕੁਛ ਨਹੀਂ ਕਹਿਣਾ ਬਸ ਬਸ ਇੰਨਾ ਕਹਿਣਾ ਕਿ ਪਿਆਰ ਕਰਦੇ ਰਹੋ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਥੈਂਕ ਯੂ ਲਵ ਯੂ ਆਲ ਲਵ ਯੂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਨਾਈਟ ਜਿਸ ਪਾਲ ਦੇ ਨਾਮ ਪਰ ਉਹ ਗਲਤੀ ਨਾਲ ਹੋ ਗਿਆ ਕਿ ਸਾਰਾ ਨਜ਼ਰ ਨਹੀਂ ਆਉਣ ਦਿਆ ਸਾਰੇ ਨਹੀਂ ਆ ਸਰੋਂ ਦਾ ਸਾਲ ਪਾਲਕ ਦਾ ਵੀ ਨਹੀਂ ਸਰੋਂ ਦਾ ਸਾਲ ਅਤੇ ਗੰਡਾ ਅਤੇ ਮਿਰਚ ਅਤੇ ਦਾਲ ਤੜਕਾ ਦਾਲ ਕਿੰਨਾ ਵਧੀਆ ਆ ਜਾਣੂ ਜਿਵੇਂ ਸੋਚਦਾ ਹੋਣਾ ਘਰ ਖਾਣਾ ਮੈਂ ਜਾਊਂਗਾ ਸੋਚਿਆ
Yeah.
ਆਰਡਰ ਕਰ ਰਹੇ ਹਾਂ। ਮੈਂ ਜੋ ਪੁੱਛਿਆ ਸਾਗ, ਮੋਸਟਲੀ ਰੈਸਟੋਰੈਂਟਾਂ ਦਾ ਪਾਲਕ ਵਾਲਾ ਸਾਗ, ਉਹਨੇ ਕਿਹਾ ਨਹੀਂ ਸਰੋਂ ਦਾ ਸਾਗ। ਮੈਂ ਜਾਨੂ ਨੂੰ ਕਿਹਾ ਕਿ ਆਪਣਾ ਆਰਡਰ ਖਾ ਲਓ, ਤੁਸੀਂ ਮੀਟ ਕੋਈ ਗੱਲ ਨਹੀਂ। ਜਾਨੂ ਨੇ ਕਿਹਾ ਨਹੀਂ, ਮੈਂ ਵੀ ਵੈਜ ਹੀ ਖਾ ਲਓ ਖਾ ਕੇ। ਮੈਂ ਕਿਹਾ ਮੈਂ ਤਾਂ ਸ਼ਾਮ ਵੀ ਦਿਖਾ ਦਾ ਤੁਹਾਨੂੰ ਕਿਵੇਂ ਬਤੀਤ ਕਰ ਰਹੇ ਹਾਂ ਹੈਨਾ। ਅੱਜ ਦੀ ਸ਼ਾਮ, ਅੱਜ ਦੀ ਸ਼ਾਮ ਦੇ ਜਨਮ ਦੇ ਨਾਲ ਅੱਜ ਦੀ ਸ਼ਾਮ ਕੀ 22 ਸਾਲਾਂ ਦਾ ਹੈ, 22 x 365 ਇੰਨੀਆਂ ਸ਼ਾਮਾਂ ਤੁਹਾਡੇ ਨਾਲ ਕੀਤੀਆਂ। ਕਿੰਨੀਆਂ ਸ਼ਾਮਾਂ ਨੇ? 22 x 365 ਮਲਟੀਪਲਾਈ ਕਰੋ ਜਾਂ ਨਹੀਂ ਮਲਟੀਪਲਾਈ ਕਰੋ ਇਹਨਾਂ ਮੈਂ ਤੁਹਾਨੂੰ ਦੱਸ ਦੇ ਬਾਈ ਤੋਂ ਸਿੱਖਣਾ ਹੁੰਦਾ ਸਹੀ ਗੱਲ ਯਾਰ ਉਹ ਨਾ ਹੋ ਨਾ ਲੋਕੀ ਅੰਦਰ ਨਹੀਂ ਪਾ ਦੇ ਮਾਲੂ ਕਿਉਂਕਿ ਬਹੁਤ ਸਾਰੇ ਰੈਸਟੋਰੈਂਟ 'ਚ ਡਾਈਨਿੰਗ ਨਹੀਂ ਹੈਗਾ ਇਹਨਾਂ ਦਿਨਾਂ 'ਚ। ਤੁਹਾਨੂੰ ਬੜਾ ਸਾਈਨ ਵੀ ਕਰਾਉਂਦੇ ਹੁਣ ਜਿੱਥੇ ਆਪਾਂ ਖਾਣਾ ਖਾਣ ਜਾਂਦੇ ਹਾਂ ਅੱਜ ਕੱਲ੍ਹ ਤੁਸੀਂ ਲੱਸੀ ਵੀ ਮੇਰੀ ਸ਼ੇਅਰ ਕਰ ਸਕਦੇ ਹੋ। ਹੋਰ ਦੋਸਤੋ ਕੀ ਸੁਣਾਵਾਂ, ਤੁਹਾਡੀ ਕਿਵੇਂ ਬੀਤੀ ਅੱਜ ਦਾ ਦਿਨ ਸਾਰਿਆਂ ਦਾ? ਕਿੱਥੇ ਕਿੱਥੇ ਬਾਰਿਸ਼ ਦਾ ਜ਼ੋਰ ਕਰ ਰਿਹਾ, ਕੌਣ ਕੌਣ ਮਿਰਚਾਂ ਖਾਂਦੇ ਵੀ ਆ ਤੁਹਾਡੀ ਆ ਮੇਰੀ ਵੀ ਲੈਣਾ ਤੁਸੀਂ? ਮੈਂ ਦਾਲ ਲੈ ਲੂੰਗੀ ਤੁਹਾਨੂੰ ਜਿੱਦਾਂ ਪੁੱਛਣਗੇ ਵੀ ਸਾਗ ਨਹੀਂ ਲਿਆ ਇੱਕ ਰੋਟੀ ਪਈ ਹੋਈ ਆ, ਵੀ ਸਾਗ ਨਹੀਂ ਲਿਆ ਵੀ ਇੱਕ ਰੋਟੀ ਪਈ ਹੋਈ ਆ ਅਸੀਂ ਖਾਣੀ ਆ, ਮਤਲਬ ਕਿ ਜਾਣੂ ਚਾਹੁੰਦੇ ਕਿ ਮੈਂ ਜਾਣੂ ਚਾਹੁੰਦੇ ਸਾਨੂੰ ਦੋਹਾਂ ਨੂੰ ਮਤਲਬ ਕਿ ਜਾਣੂ ਚਾਹੁੰਦੇ ਕਿ ਮੈਂ ਕਹਿ ਦੇ ਹਾਂ ਜਾਂ ਨਾ ਪਤਾ ਲੱਗ ਜਾਂਦੇ, ਮਤਲਬ ਲੈਣਾ ਆਪ ਹੁੰਦਾ ਵਾ ਕਿ ਮੈਂ ਜਾਨੂ ਖੁੱਲ੍ਹੇ ਕਰਿਆ ਕਰੋ ਇੱਦਾਂ ਕਿ ਇੱਦਾਂ ਹੀ ਆਦਤਾਂ ਨਾ ਕਰਿਆ ਕਰੋ, ਮਤਲਬ ਜਿਵੇਂ ਹੁਣ ਤੁਹਾਨੂੰ ਸਾਲ ਲੈਣਾ ਹਾਂ ਜੋ ਕਹਿੰਦਾ ਕਰਿਆ ਕਹੋ, ਮੈਂ ਉਹੀ ਚਾਹੁੰਦੀ ਹਾਂ ਜਿਹੜਾ ਵੀ ਮੇਰੇ ਨਾਲ ਹੋਵੇ ਉਹ ਸ਼ਰਿਆਮ ਜੋ ਹੈਗਾ ਸਿੱਧਾ ਗਿਆ ਕਹਾਣੀ ਨਹੀਂ ਪਹੇਲੀ ਨਹੀਂ, ਜ਼ਿੰਦਗੀ ਤਾਂ ਆਲਰੇਡੀ ਪਹੇਲੀ ਹੁੰਦੀ ਹੈ, ਰੱਬ ਨੇ ਪਹੇਲੀ ਪਾਈ ਹੋਈ ਆ ਕੋਈ ਬੇਦਬਾਰ ਨਹੀਂ, ਰੱਬ ਨੇ ਜ਼ਿੰਦਗੀ ਪਹੇਲੀ ਬਣਾਈ ਆ ਬੋਲੀਆਂ ਬਗੈਰ ਤੋਂ ਬਾਅਦ ਅਸੀਂ ਬੁੱਝਣੀ ਆ, ਅਸੀਂ ਬੁੱਝ ਨਹੀਂ ਸਕਦੇ ਸਾਡੀ ਜ਼ਿੰਦਗੀ, ਮੈਂ 50 ਤੋਂ ਉੱਤੇ ਹੋ ਗਈ ਮੈਨੂੰ ਅਜੇ ਤੱਕ ਨਹੀਂ ਪਤਾ ਨਹੀਂ ਪੁੱਜੀ ਜਾਂਦੀ, ਅਤੇ ਜਦੋਂ ਤੁਸੀਂ ਤੁਹਾਡੇ ਸਾਥੀ ਵੀ ਨਾਲ ਰਹਿੰਦੇ ਲੋਕ ਵੀ ਪਹੇਲੀਆਂ ਪਾਉਣ ਲੱਗ ਪੈਣ ਅਤੇ ਕੰਪਲੀਕੇਟਡ ਕੰਮ ਹੋ ਜਾਂਦਾ ਹੈ ਨਾ।
ਹੋਰ ਦੋਸਤੋ ਸਾਫ ਸੁਥਰੀ ਸਹੀ ਗੱਲ ਹੈ, ਸਾਫ ਸੁਥਰੀ ਲਾਈ ਖਾਣਾ ਦੁਆਲਾ ਸਾਫ ਸੁਥਰਾ ਹੋਣਾ ਚਾਹੀਦਾ, ਕਾਬੂ ਸਾਫ ਸੁਥਰਾ, ਪਹਿਨਾ ਸਾਫ ਸੁਥਰਾ, ਪਿਆਰ ਵੀ ਕਰਨ ਅਤੇ ਸਾਫ ਸੁਥਰਾ ਬਸ ਸਿੱਧਾ ਜਵਾਬ ਬਹੁਤ ਸੋਰੀ ਹੈ, ਮਤਲਬ ਮੈਨੂੰ ਨਹੀਂ ਤੂੰ ਪਸੰਦ, ਮੈਨੂੰ ਨਹੀਂ ਤੂੰ ਪਸੰਦ, ਮੈਂ ਤੈਨੂੰ ਨਹੀਂ ਪਸੰਦ, ਪਰ ਸੁਣਿਆ ਨਾ ਤੋੜ ਵਿਛੋੜੇ ਦੀਆਂ ਗੱਲ ਕਰ 22 ਸਾਲਾਂ ਬਾਅਦ ਹਾਂ ਸੋਨੀ ਸੋਲੀ ਜਾਣੂ ਅੰਡਰਸਟੈਂਡ, ਮੈਂ ਸੋਚਣ ਨਹੀਂ ਮੇਰੇ ਤੋਂ ਡਿੱਗਾ ਕਿਉਂ ਨਹੀਂ ਖਾਣਾ, ਨਹੀਂ ਇਨ ਕੇਸ ਕੋਈ ਗੱਲਬਾਤ ਹੋ ਵੀ ਜਾਂਦੀ ਆ। ਹਾਂ ਹਾਂ ਪਿਆਰ ਨਾਲ ਕਰੋ, ਮੈਂ ਸੋਚਿਆ ਡਿੱਗਾ ਕਿਉਂ ਨਹੀਂ ਖਾਣਾ, ਮੈਂ ਸ਼ਾਂਤ ਹੁੰਦਾ ਕਹਿ ਦੋ ਵੀ ਨਹੀਂ, ਮੈਂ ਆਪਾਂ ਨਾਲ ਮਿਲ ਕੇ ਕਹਿੰਦੇ ਹਾਂ ਚਲੋ ਕੀ ਸਮਝਾਉਂਦਾ ਕਰ ਲੈਣਾ ਚਾਹੀਦਾ, ਅਜਾ ਨੂੰ ਅੱਜ ਦੇ ਦਿਨ ਸਾਨੂੰ ਬਹੁਤ ਪਿਆਰੀਆਂ ਪਿਆਰੀਆਂ ਲੱਗਣੀਆਂ ਚਾਹੀਦੀਆਂ, ਲਵ ਲਵ ਕੀ ਹੁੰਦਾ ਖਾਓ ਯਾਰ ਮੱਕੀ ਦੀ ਰੋਟੀ ਮੇਰਾ ਬਹੁਤ ਦਿਨ ਆ ਨਾ ਜੀ ਕਰ ਗਿਆ ਕੜੀ ਖਾਣ ਦੀ, ਸਰੋਂ ਵਾਲਾ ਸਾਗ ਹੋਵੇ, ਬੇਟੇ ਨੇ ਪਤੀਲੇ ਬਣਾਇਆ ਹੋਵੇ, ਜਿਹੜਾ ਬਾਣ ਵਾਲਾ ਮੰਜਾ ਹੋਵੇ, ਬਾਣ ਵਾਲਾ ਮੰਜਾ ਹੋਵੇ, ਅਤੇ ਨਾਲ ਬੇਟੀ ਕੁੰਡੇ ਵਾਲੀ ਹੋਵੇ, ਅਤੇ ਹੌਲੀ ਹੌਲੀ ਲੱਤਾਂ ਘੁੱਟੀ ਜਾਵੇ, ਹੌਲੀ ਹੌਲੀ ਲੱਤਾਂ ਘੁੱਟੀ ਜਾਵੇ, ਕਿੰਨਾ ਵਧੀਆ ਗੀਤ ਹੈ ਗੁਰਦਾਸ ਮਾਨ ਹੈ, ਅੱਜ ਕੱਲ ਲੱਤਾਂ ਘੁੱਟੀ ਜਾਵੇ ਕੂੜੇ ਵਾਲੀ ਬੇਟੀ ਨਾਲ ਹੋ ਗਏ, ਮੱਕੀ ਦੀਆਂ ਰੋਟੀਆਂ ਹੌਲੀ ਹੌਲੀ ਮਟਕ ਮਟਕ ਖਾਈ ਮਟਕ ਮਟਕ ਖਾਈ ਫਿਰ ਮਜ਼ਾ ਆਉਂਦਾ, ਲੱਸੀ ਪੀਓ ਤੇ ਪੀਓ ਯਾਰ, ਲਓ ਜਾ ਕੇ ਨਾ ਦੋ ਘਰ ਪਾਣੀ ਬੋਤਲ, ਚਾਹ ਵੀ ਚਾਹ ਵੀ ਪੀਣੀ ਆ, ਆਪਾਂ ਆਪਾਂ ਚਾਹ ਵੀ ਪੀਣੀ ਆ, ਮੈਂ ਉਹਨੂੰ ਕਹਿਣਾ ਚਾਹ ਦੋ ਹਨਾ, ਕਿੰਨਾ ਵਧੀਆ ਹੋਇਆ ਮਨਪਸੰਦੀਆਂ ਰੋਟੀਆਂ ਅੱਜ ਮਿਲੀਆਂ, ਸਾਗ ਮਿਲਿਆ, ਹੈਂ ਦਾਲ ਜਿਹੜੀ ਹੈ ਨਾ ਛੋਲਿਆਂ ਦੀ ਦਾਲ ਤੜਕਾ ਲਈ ਹੁੰਦੀ ਹੈ, ਮੱਖਣੀ ਨਹੀਂ ਤਾਂ ਫਿਰ ਉਹ ਮਾਵਾਂ ਦੀ ਹੁੰਦੀ ਹੈ ਛੋਲਿਆਂ ਦੀ ਦਾਲ, ਉਹ ਵੀ ਬੜੀ ਸਵਾਦ ਹੁੰਦੀ ਹੈ, ਹਾਂ ਨਹੀਂ ਬਣਾਈ ਸਾਗ ਵਧੀਆ ਲੱਗਦਾ ਤੁਹਾਨੂੰ, ਦਾਲ ਵੀ ਲੈ ਲਓ ਜਾਂਦੀ ਮੈਂ ਬੰਦ ਕਰ ਦਿੱਤਾ ਤੁਹਾਨੂੰ, ਜਦੋਂ ਪੁੱਛਿਆ ਅਲਕੋਹਲ ਲੱਗੀ ਆ ਉਹ ਕਹਿੰਦੇ ਨੇ ਮੱਕੀ ਰੋਟੀ ਆ ਬੋੜੋ ਵੇ ਨਾ ਖਾਵਾਂ।
ਉਹ ਨਹੀਂ ਹੋਣਾ ਇੰਡੀਆ 'ਚੋਂ ਲਾ ਇੱਥੇ ਨਹੀਂ ਇੰਡੀਆ 'ਚੋਂ ਲਾ ਇਹ ਖਾ ਲਓ ਜਾਂਦਾ ਖਾ ਲਓ ਬਾਰਿਸ਼ ਥੋੜ੍ਹੀ ਲੱਗਦਾ ਘੱਟ ਹੋ ਗਿਆ ਜਿਵੇਂ ਇਕਦਮ ਮੰਨੇ ਆ ਗਿਆ ਦੱਸੋ ਫਿਰ ਅਸੀਂ ਹੋਟਲ 'ਚੋਂ ਨਿਕਲੇ ਫਿਰ ਅਸੀਂ ਸੋਚਣ ਚਲੋ ਸ਼ਾਮ ਖਾਣਾ ਖਾ ਲਈਏ ਜਿੰਨੇ ਤੁਸੀਂ ਬੇਗਲ ਹੀ ਖਾ ਕੇ ਗੁਜ਼ਾਰਾ ਕੀਤਾ ਅਤੇ ਭੁੱਖ ਵੀ ਨਹੀਂ ਹੈਗੀ ਗੁਜ਼ਾਰਾ ਨਹੀਂ ਮੇਰੇ ਭੁੱਖ ਨਹੀਂ ਹੈਗੀ ਹੈ ਨਾ ਜਾਨੂੰ ਨੂੰ ਬਹੁਤ ਪ੍ਰੋਬਲਮ ਹੈਗੀ ਮਿਰਚ ਲੋਕ ਖਾ ਲੈਂਦੇ ਆ ਸੀਨ ਵਗਲਾ ਪੈਂਦਾ ਕਲਚ ਨਾ ਨੱਪੋ ਅੱਛਾ ਫਿਰ ਹੁਣ ਥੋੜ੍ਹਾ ਜਿਹਾ ਰੁਕ ਜਾਈਏ ਮੈਨੂੰ ਮੈਂ ਇੱਦਾਂ ਲੱਗੀ ਜਾਂਦੀ ਅੱਜ ਜੇ ਮੈਂ ਬਹੁਤ ਬੁੱਢੀ ਹੋ ਗਈ ਆ ਏਦਾਂ ਮੈਨੂੰ ਫੀਲ ਹੋ ਰਹੀ ਸਹੀ ਗੱਲ ਮਨਾਟਨ ਕਦੀ ਨਹੀਂ ਸੁਣਦਾ ਹਮੇਸ਼ਾ ਰਾਤ ਨੂੰ ਜਾਗਦਾ ਹਾਂ ਪਰ ਕੱਲ ਤੇ ਤੁਸੀਂ ਥੋੜੇ ਦੇਰ ਉਦਾਸ ਹੀ ਸੀ ਉਦਾਸ ਮੈਂ ਕਦੋਂ ਸੀ ਤੁਸੀਂ ਆਪੇ ਹੀ ਉੱਪਰ ਦੇਣ ਲੱਗ ਪੈਂਦੇ ਅਗਲਾ ਸਭ ਨੀ ਤੁਸੀਂ ਕੋਲੇ ਬਣਾ ਕੇ ਇੰਨਾ ਵੀ ਨਾ ਕਰਿਆ ਕਰੋ ਸਾਰੇ ਕਹਿਣ ਦੇ ਹੋਣੇ ਆ ਕਿ ਰੋਮਾਂਟਿਕ ਇਵਨਿੰਗ ਆ ਜੇ ਨਾ ਦੋਸਤੋ ਹੋਣ ਤਾਂ ਪਿਆਰ ਦਾ ਸਬੰਧ ਹੈ ਸਾਰਾ ਦਿਨ ਤੇ ਨਾਲੇ ਪਿਆਰ ਦੀਆਂ ਹੀ ਗੱਲਾਂ ਕਰਦੇ ਰਹੇ ਆ ਤੇ ਫਿਰ ਤੁਹਾਨੂੰ ਲਾਜ਼ਮੀ ਹੈ ਨਾ ਲੜਨਾ ਵੀ ਥੋੜ੍ਹਾ ਜਿਹਾ ਲੈ ਲਿਓ ਪੁੱਛ ਲਿਓ ਉਹਨਾਂ ਤੋਂ ਕਿਹੜੀ ਹੈ ਚਾਹ ਨਹੀਂ ਬਣਾਉਣੀ ਹਾਂ ਚਾਹ ਪੀਣੀ ਆ ਅੱਜ ਸਵੇਰ ਦੀ ਨਹੀਂ ਪੀਤੀ ਇੱਧਰ ਲੱਗ ਲਿਆ ਆਏ ਤੇ ਅਸੀਂ ਆਪਣੇ ਸਿੱਧੀ ਪੀਣੀ ਆ ਇੱਥੇ ਲੱਗ ਗਏ ਤਾਂ ਕਿਹੜੀ ਨਹੀਂ ਨਹੀਂ ਆ ਬਹੁਤ ਵਧੀਆ ਹੈ ਲੋਕੇਸ਼ਨ ਤੇ ਆਏ ਹਾਂ ਬਾਹਰ ਬਹਿ ਗਏ ਅੰਦਰ ਕੋਈ ਨਹੀਂ ਆਪਾਂ ਇੱਥੇ ਲੱਗ ਰਿਹਾ ਹਾਂ ਸਾਰਾ ਬੰਨੇ ਚੰਕਦਾ ਇੱਕ ਆਪਾਂ ਗੈਲਰੀ ਜੀ 'ਚ ਬੈਠੇ ਹਾਂ ਵਧੀਆ ਹੈ ਨਾ ਬਾਹਰ ਬਿਲਕੁਲ ਹੋਰ ਦੋਸਤੋ ਕਿੱਦਾਂ ਤੁਹਾਡਾ ਜ਼ਿੰਦਗੀ ਕਿਵੇਂ ਆ ਅੱਜ ਦਾ ਦਿਨ ਕਿਵੇਂ ਨਿਕਲਿਆ ਤੁਸੀਂ ਵੀ ਦੱਸਿਆ ਕਰੋ ਯਾਰ ਕਿੱਦਾਂ ਚੱਲ ਰਹੀ ਜ਼ਿੰਦਗੀ ਕੋਈ ਨਵੀਂ ਤਾਜ਼ੀ ਹੱਡ ਬੀਤੀ ਕੋਈ ਜੱਗ ਬੀਤੀ ਸਾਡੇ ਨਾਲ ਸਾਂਝੀ ਕਰਿਆ ਕਰੋ ਇਹ ਵੀ ਪਤਾ ਲੱਗਦਾ ਇੱਕ ਦੂਜੇ ਦਾ ਹੱਡ ਬੀਤੀ ਜੱਗ ਬੀਤੀ ਮੈਂ ਤੁਹਾਡੇ ਨਾਲ ਕਰਾਂ
ਮੈਂ ਬਹੁਤ ਵਧੀਆ ਆ ਰਿਹਾ ਤੇ ਚਾਹ ਦਾ ਆਰਡਰ ਕਰ ਦਈਏ ਆਪਾਂ ਹਾਂ ਕਰ ਦਈਏ